ਲਾ ਕਮਿਸ਼ਨ ਵੱਲੋਂ ਐਡਵੋਕੇਟ ਐਕਟ ਵਿੱਚ ਸੋਧ ਦੇ ਵਿਰੋਧ ਵਿੱਚ ਪੰਜਾਬ ਹਰਿਆਣਾ ਬਾਰ ਕੌਂਸਲ ਨੇ ਆਪਣੇ ਕੰਮਕਾਜ ਨੂੰ ਅੱਧਾ ਦਿਨ ਠੱਪ ਕਰਕੇ ਵਿਰੋਧ ਪ੍ਰਦਰਸ਼ਨ ਕੀਤਾ। ਲਾ ਕਮਿਸ਼ਨਰ ਵੱਲੋਂ ਐਡਵੋਕੇਟ ਐਕਟ ਵਿੱਚ ਸੋਧ ਦੇ ਵਿਰੋਧ ਵਿੱਚ ਪੰਜਾਬ ਹਰਿਆਣਾ ਬਾਰ ਕੌਂਸਲ ਨੇ ਆਪਣੇ ਕੰਮਕਾਜ ਨੂੰ ਅੱਧਾ ਦਿਨ ਠੱਪ ਕਰਕੇ ਵਿਰੋਧ ਪ੍ਰਦਰਸ਼ਨ ਕੀਤਾ। ਪ੍ਰਦਰਸ਼ਨ ਕਰਨ ਵਾਲੇ ਵਕੀਲਾਂ ਨੇ ਆਖਿਆ ਜੇਕਰ ਸਰਕਾਰ ਨੇ ਮੰਗਾਂ ਨਾ ਮੰਨੀਆਂ ਤਾਂ ਉਹ ਆਉਣ ਵਾਲੇ ਦਿਨਾਂ ਵਿੱਚ ਸੰਘਰਸ਼ ਹੋਰ ਤਿੱਖਾ ਕਰ ਦੇਣਗੇ। ਇਸ ਦੌਰਾਨ ਵਕੀਲਾਂ ਨੇ ਐਲਾਨ ਕੀਤਾ ਕਿ 2 ਮਈ ਤੋਂ ਜੇਲ੍ਹ ਭਰੋ ਅੰਦੋਲਨ ਵੀ ਸ਼ੁਰੂ ਕੀਤਾ ਜਾਵੇਗਾ। ਇਸ ਦੌਰਾਨ ਵਕੀਲਾਂ ਵੱਲੋਂ ਐਡਵੋਕੇਟ ਐਕਟ ਦੀਆਂ ਕਾਪੀਆਂ ਵੀ ਫੂਕੀਆਂ ਗਈਆਂ ਇਸ ਤੋਂ ਬਾਅਦ ਵਕੀਲਾਂ ਨੇ ਰਾਜ ਭਵਨ ਤੱਕ ਮਾਰਚ ਕੀਤਾ ਹੈ ਤੇ ਪੰਜਾਬ ਤੇ ਹਰਿਆਣਾ ਦੇ ਰਾਜਪਾਲਾਂ ਨੂੰ ਮੰਗ ਪੱਤਰ ਵੀ ਸੌਂਪਿਆ ਹੈ। ਚੰਡੀਗੜ੍ਹ ਤੋਂ ਵਿਨੋਦ ਸ਼ਰਮਾ ਦੀ ਰਿਪੋਰਟ। ਲਾ ਕਮਿਸ਼ਨ ਆਫ ਇੰਡੀਆ ਨੇ ਐਡਵੋਕੇਟ ਐਕਟ ਮੇ ਅਮੈਂਡਮੈਂਟ ਪ੍ਰਪੋਜ਼ ਕੀ ਹੈ ਜੋ ਕਿ ਬਹੁਤ ਹੀ ਡਰੈਕਰੋਨੀਅਨ ਹੈ, ਇੰਡੀਪੈਂਡੈਂਸ ਆਫ ਬਾਰ ਪੇ ਡਾਇਰੈਕਟ ਅਟੈਕ ਹੈ। ਇਸ ਲਈ ਅੱਜ ਸਾਰੇ ਦੇਸ਼ ਮੇ ਸਟ੍ਰਾਈਕ ਹੈ ਔਰ ਸਾਰੇ ਦੇਸ਼ ਮੇ ਸਭੀ ਆਦਮੀ ਮੇਰੇ ਵਕੀਲ ਭਾਈ ਮੈਮੋਰੈਂਡਮ ਦੇ ਰਹੇ ਹੈ ਗਵਰਨਰ ਸਾਹਿਬ ਕੋ, ਜੋ ਡਿਸਟ੍ਰਿਕਟ ਕੋਰਟਸ ਕੇ ਹੈ ਵੋ ਡਿਪਟੀ ਕਮਿਸ਼ਨਰਸ ਕੋ ਮੈਮੋਰੈਂਡਮ ਦੇ ਰਹੇ ਹੈ। ਅਗਰ ਫਿਰ ਵੀ ਸਰਕਾਰ ਨੇ ਇਸਕੋ ਵਾਪਸ ਨਹੀਂ ਲਿਆ 2 ਤਰੀਕ ਤੱਕ ਤੋ 2 ਸੇ ਜੇਲ੍ਹ ਭਰੋ ਅੰਦੋਲਨ ਸ਼ੁਰੂ ਹੋਗਾ। ਅਗਰ ਫਿਰ ਵੀ ਇਸਕੋ ਵਾਪਸ ਅਮੈਂਡਮੈਂਟ ਕੋ ਵਾਪਸ ਨਹੀਂ ਲਿਆ ਤੋ ਇਨਡੈਫੀਨਿਟ ਸਟ੍ਰਾਈਕ ਸਾਰੇ ਇੰਡੀਆ ਮੇ ਹੋਗੀ।